ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਅਜਿਹੇ ਫੂਡ ਆਈਟਮਸ ਦੇ ਬਾਰੇ ਦੇ ਵਿੱਚ ਜਿਨ੍ਹਾਂ ਨੂੰ ਤੁਹਾਨੂੰ ਆਂਬ ਦੇ ਨਾਲ ਮਿਲਾ ਕੇ ਕਦੀ ਵੀ ਨਹੀਂ ਖਾਣਾ ਚਾਹੀਦਾ ਜੇਕਰ ਤੁਸੀਂ ਇਹਨਾਂ ਨੂੰ ਆਂਬ ਦੇ ਨਾਲ ਲੈਂਦੇ ਹੋ ਤਾਂ ਆਯੁਰਵੇਦ ਦੇ ਅਨੁਸਾਰ ਇਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਜੇਕਰ ਤੁਸੀਂ ਆਯੁਰਵੇਦ ਦੇ ਵਿੱਚ ਬਲੀਵ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਮਾਡਰਨ ਸਾਇੰਸ ਇਹਨਾਂ ਗੱਲਾਂ ਨੂੰ ਘੱਟ ਮੰਦੀ ਹੈ ਆਂਬ ਹਰ ਕਿਸੇ ਦਾ ਪਸੰਦੀਦਾ ਫਲ ਹੁੰਦਾ ਹੈ ਆਯੁਰਵੇਦ ਦੇ ਅੰਦਰ ਦੋ ਤਰ੍ਹਾਂ ਦੇ ਫੂਡ ਕੰਬੀਨੇਸ਼ਨ ਹੁੰਦੇ ਹਨ ਇੱਕ ਹੁੰਦੇ ਹਨ ਇਨਕੰਪੈਟੀਬਲ ਫੂਡਸ ਅਤੇ ਇੱਕ ਹੁੰਦੇ ਹਨ ਕੰਪੈਟੀਬਲ ਫੂਡਸ ਇਨਕੰਪੈਟੀਬਲ ਫੂਡਸ ਦਾ ਮਤਲਬ ਹੁੰਦਾ ਹੈ ਅਜਿਹੇ ਫੂਡ ਜਿਨ੍ਹਾਂ ਨੂੰ ਤੁਸੀਂ ਇੱਕ ਸਾਥ ਮਿਲਾ ਕੇ ਨਹੀਂ ਖਾ ਸਕਦੇ ਅਤੇ ਕੰਪੈਟੀਬਲ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਨੂੰ ਤੁਸੀਂ ਆਪਸ ਵਿੱਚ ਮਿਲਾ ਕੇ ਖਾ ਸਕਦੇ ਹੋ ਇਸੀ ਤਰ੍ਹਾਂ ਅਜਿਹੇ ਕੁਝ ਫੂਡ ਹਨ ਜੋ ਤੁਸੀਂ ਆਂਬ ਦੇ ਨਾਲ ਨਹੀਂ ਖਾ ਸਕਦੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਹਨ ਜਿਆਦਾ ਖਟੀਆਂ ਅਤੇ ਜਿਆਦਾ ਮਸਾਲੇਦਾਰ ਚੀਜ਼ਾਂ ਜਿਆਦਾ ਖਟੀਆਂ ਅਤੇ ਜਿਆਦਾ ਮਸਾਲੇਦਾਰ ਚੀਜ਼ਾਂ ਦੇ ਨਾਲ ਮਿਲਾ ਕੇ ਤੁਸੀਂ ਆਂਬ ਨੂੰ ਕਦੀ ਵੀ ਨਾ ਲਵੋ ਇਹ ਨਾ ਹੋਵੇ ਕਿ ਤੁਸੀਂ ਭਰ-ਭਰ ਕੇ ਮਸਾਲੇਦਾਰ ਖਾਣਾ ਖਾ ਲਿਆ ਅਤੇ ਉਸ ਦੇ ਤੁਰੰਤ ਬਾਅਦ ਤੁਸੀਂ ਆਂਬ ਖਾ ਰਹੇ ਹੋ ਏ ਵੀ ਮਸਾਲੇਦਾਰ ਚੀਜ਼ਾਂ ਦੇ ਨਾਲ ਆਂਬ ਲੈਣ ਦੇ ਬਰਾਬਰ ਹੀ ਹੈ ਇਹ ਸਾਡੀ ਬੋਡੀ ਦੇ ਅੰਦਰ ਜਾ ਕੇ ਨੁਕਸਾਨ ਕਰਦਾ ਹੈ ਮਸਾਲੇਦਾਰ ਚੀਜ਼ਾਂ ਦੇ ਨਾਲ ਆਂਬ ਖਾਣ ਕਾਰਨ ਸਾਡੀ ਬੋਡੀ ਦੇ ਅੰਦਰ ਪਿੱਤ ਦੋਸ਼ ਪੈਦਾ ਹੁੰਦਾ ਹੈ ਜਿਸ ਦੇ ਕਾਰਨ ਗੈਸ ਐਸਿਡਿਟੀ ਇੰਡਜੈਸ਼ਨ ਅਲਰਜੀ ਵਰਗੀਆਂ ਪ੍ਰੋਬਲਮਸ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਤੁਸੀਂ ਖਾਣੇ ਤੋਂ ਅੱਧਾ ਘੰਟਾ ਬਾਅਦ ਆਂਬ ਨੂੰ ਲੈ ਸਕਦੇ ਹੋ ਉਸ ਤੋਂ ਬਾਅਦ ਆਂਬ ਖਾਣ ਤੋਂ ਫੌਰਨ ਬਾਅਦ ਕਦੇ ਵੀ ਕੋਲਡ ਡਰਿੰਕਸ ਜਾਂ ਫਿਰ ਚਾਹ ਕੌਫੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਪਾਣੀ ਨੂੰ ਵੀ ਅਵੋਇਡ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਂਬ ਦੇ ਨਾਲ ਚਾਹ ਕੌਫੀ ਜਾਂ ਫਿਰ ਪਾਣੀ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਪੇਟ ਦੇ ਅੰਦਰ ਗੈਸ ਦਰਦ ਉਲਟੀ ਵਰਗੀਆਂ ਪ੍ਰੋਬਲਮਸ ਨੂੰ ਜਨਮ ਦੇ ਸਕਦਾ ਹੈ ਉਸ ਤੋਂ ਬਾਅਦ ਆਂਬ ਦੇ ਵਿੱਚ ਕਦੇ ਵੀ ਦੁੱਧ ਜਾਂ ਫਿਰ ਦੁੱਧ ਤੋਂ ਬਣਿਆ ਕੋਈ ਵੀ ਪਦਾਰਥ ਮਿਲਾ ਕੇ ਨਾ ਖਾਓ ਸੀ ਅਕਸਰ ਹੀ ਮੈਂਗੋ ਲੱਸੀ ਮੈਂਗੋ ਸ਼ੇਕ ਮੈਂਗੋ ਆਈਸਕ੍ਰੀਮ ਬਹੁਤ ਸਾਰੀਆਂ ਅਜਈਆਂ ਚੀਜ਼ਾਂ ਖਾਂਦੇ ਹਾਂ ਜੋ ਆਂਬ ਦੇ ਅੰਦਰ ਦੁੱਧ ਨੂੰ ਮਿਲਾ ਕੇ ਬਣਦੀਆਂ ਹਨ ਆਯੂਵੇਦ ਦੇ ਅਨੁਸਾਰ ਇਹ ਸਾਡੀ ਬੋਡੀ ਦੇ ਅੰਦਰ ਜਾ ਕੇ ਉਸ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਕੇ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਮਿਲਾ ਕੇ ਖਾਣ ਨਾਲ ਸਾਡਾ ਡਾਈਜੈਸਟਿਵ ਫਾਇਰ ਮਜ਼ੋਰ ਹੁੰਦਾ ਹੈ ਅਤੇ ਸਾਡੀ ਪਾਚਣ ਕਿਰਿਆ ਦੀ ਸ਼ਕਤੀ ਵੀ ਘਟਦੀ ਹੈ ਅਤੇ ਸਾਨੂੰ ਖਾਣਾ ਘੱਟ ਪਚਣਾ ਸ਼ੁਰੂ ਹੋ ਜਾਂਦਾ ਹੈ ਕਾਰਨ ਸਾਡੀ ਬੋਡੀ ਦੇ ਅੰਦਰ ਗੈਸ ਬਲੋਟਿੰਗ ਵਰਗੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਅੰਬ ਨੂੰ ਦੁੱਧ ਨਾਲ ਮਿਲਾ ਕੇ ਲੈਣ ਨਾਲ ਸਾਡਾ ਭਾਰ ਵੀ ਕਾਫੀ ਤੇਜ਼ੀ ਦੇ ਨਾਲ ਵੱਧਦਾ ਹੈ ਅਤੇ ਮੋਟਾਪਾ ਸਾਡੀ ਬੋਡੀ ਦੇ ਅੰਦਰ ਜਲਦੀ ਆਉਂਦਾ ਹੈ। ਇਸ ਕਰਕੇ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ ਅੰਬ ਨਾਲ ਮਿਲਾ ਕੇ ਲੈਣ ਤੋਂ। ਪਤਾ ਹੈ ਤੁਸੀਂ ਇਹ ਸੁਣ ਕੇ ਹੈਰਾਨ ਹੋਏ ਹੋਵੋਗੇ ਕਿਉਂਕਿ ਤੁਸੀਂ ਪੰ ਤਾਂ ਹੀ ਅਜਿਹੀਆਂ ਚੀਜ਼ਾਂ ਖਾਂਦੇ ਆ ਰਹੇ ਹੋ ਪਰ ਆਯੁਰਵੇਦ ਦੇ ਅਨੁਸਾਰ ਇਹ ਗਲਤ ਮੰਨਿਆ ਗਿਆ ਹੈ ਉਸ ਤੋਂ ਬਾਅਦ ਕarele ਦੇ ਨਾਲ ਕਦੀ ਵੀ ਸਾਨੂੰ ਆਮਬ ਨੂੰ ਨਹੀਂ ਲੈਣਾ ਚਾਹੀਦਾ ਜੇਕਰ ਤੁਸੀਂ ਖਾਣੇ ਦੇ ਅੰਦਰ ਕarele ਦੀ ਸਬਜ਼ੀ ਬਣਾਈ ਹੈ ਤਾਂ ਤੁਸੀਂ ਉਸ ਦੇ ਨਾਲ ਆਮਬ ਖਾਣਾ ਅਵੋਇਡ ਕਰੋ ਅਤੇ ਉਸ ਤੋਂ ਤੁਰੰਤ ਬਾਅਦ ਵੀ ਆਮਬ ਨੂੰ ਨਾ ਖਾਓ ਆ ਫਿਰ 1 ਘੰਟਾ ਪਹਿਲਾਂ ਖਾ ਲਵੋ ਜਾਂ ਫਿਰ 1 ਘੰਟਾ ਬਾਅਦ ਦੇ ਵਿੱਚ। ਕarele ਦੇ ਨਾਲ ਆਂਬ ਖਾਣ ਤੋਂ ਬਾਅਦ ਪੇਟ ਦੇ ਅੰਦਰ ਦਰਦ ਹੋ ਸਕਦਾ ਹੈ, ਉਲਟੀ ਹੋ ਸਕਦੀ ਹੈ, ਜੀਮ ਚਲਾ ਸਕਦਾ ਹੈ। ਇਸ ਕਾਰਨ ਤੁਸੀਂ ਕarele ਦੇ ਨਾਲ ਆਂਬ ਖਾਣਾ ਅਵੋਇਡ ਕਰੋ। ਉਸ ਤੋਂ ਬਾਅਦ ਆਯੁਰਵੈਦ ਦੇ ਅਨੁਸਾਰ ਤੁਹਾਨੂੰ ਇੱਕ ਟਾਈਮ 'ਤੇ ਇੱਕ ਹੀ ਤਰ੍ਹਾਂ ਦਾ ਫਲ ਖਾਣਾ ਚਾਹੀਦਾ ਹੈ। ਤੁਸੀਂ ਬਹੁਤ ਸਾਰੇ ਫਲਾਂ ਨੂੰ ਇੱਕ ਸਾਥ ਮਿਲਾ ਕੇ ਨਾ ਖਾਓ। ਇਸੇ ਤਰ੍ਹਾਂ ਆਂਬ ਦੇ ਵਿੱਚ ਹੈ ਆਂਬ ਦੇ ਨਾਲ ਤੁਸੀਂ ਬਹੁਤ ਸਾਰੇ ਫਲਾਂ ਨੂੰ ਨਾ ਮਿਲਾਵੋ। ਦਾ ਕਾਰਨ ਹੈ ਕਿ ਵੱਖੋ-ਵੱਖਰੇ ਫਰੂਟਸ ਦਾ ਡਾਈਜੈਸ਼ਨ ਟਾਈਮ ਵੀ ਵੱਖੋ-ਵੱਖਰਾ ਹੁੰਦਾ ਹੈ ਤੇ ਇਹਨਾਂ ਨੂੰ ਇੱਕ ਸਾਥ ਮਿਲਾ ਕੇ ਖਾਣ ਨਾਲ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਡਾ ਪੇਟ ਦਰਦ ਹੋ ਸਕਦਾ ਹੈ ਸਾਨੂੰ ਇੰਡਾਈਜੈਸ਼ਨ ਦੀ ਸਮੱਸਿਆ ਹੋ ਸਕਦੀ ਹੈ ਖਾਸ ਤੌਰ ਤੇ ਤੁਸੀਂ ਆਮਬ ਨੂੰ ਸੰਤਰਾ ਮਸੰਮੀ ਨਿੰਬੂ ਕੇਲਾ ਆਦੀ ਫਲਾਂ ਨਾਲ ਮਿਲਾ ਕੇ ਕਦੀ ਵੀ ਨਾ ਖਾਓ ਇਹ ਨੁਕਸਾਨਦਾਇਕ ਹੋ ਸਕਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਆਮਬ ਨੂੰ ਲੈਂਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਨੂੰ ਕਦੀ ਨਾ ਕਦੀ ਇਹ ਸਮੱਸਿਆ ਜ਼ਰੂਰ ਆਈਆਂ ਹੋਣਗੀਆਂ ਉਹ ਆਮਬ ਦੇ ਕਾਰਨ ਹੀ ਹੈ ਈ ਉਹ ਆਂਬ ਜਿੰਨੇ ਮਰਜ਼ੀ ਖਾਓ ਪਰ ਇਹਨਾਂ ਚੀਜ਼ਾਂ ਨਾਲ ਆਂਬ ਲੈਣਾ ਅਵੋਇਡ ਕਰੋ ਜੇਕਰ ਤੁਸੀਂ ਆਯੂਵੇਦ ਨੂੰ ਮੰਨਦੇ ਹੋ ਤਾਂ ਹਮੇਸ਼ਾ ਸਹੀ ਤਰੀਕੇ ਨਾਲ ਨੇਚਰ ਦੁਆਰਾ ਦਿੱਤੀਆਂ ਚੀਜ਼ਾਂ ਦੀ ਵਰਤੋਂ ਕਰੋ ਤਾਂ ਜੋ ਤੁਸੀਂ ਉਹਨਾਂ ਦਾ ਭਰਪੂਰ ਫਾਇਦਾ ਉਠਾ ਸਕੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਤੁਸੀਂ ਆਂਬ ਨੂੰ ਕਿਹਨਾ ਚੀਜ਼ਾਂ ਨਾਲ ਲੈਣਾ ਹੈ ਅਤੇ ਕਿਹਨਾ ਨਾਲ ਨਹੀਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ